ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤੇ ਨੂੰ ਜੀ ਆਇਆਂ ਨੂੰ ਵਿਆਹ ਕਰਵਾ ਕੇ ਵੋਟੀਪੇ ਜਿਸ ਅਸਟ੍ਰੇਲੀਆ ਵਿਦੇਸ਼ ਪਹੁੰਚ ਕੇ ਜੋ ਕੀਤਾ ਪਰਿਵਾਰ ਦੇ ਨਿਕਲ ਗਈ ਪੈਰੋ ਜ਼ਮੀਨ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ਿਰਕਤ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ हां जी मामला देवीगढ़ ਤੋਂ سامنے ਆਇਆ ਹੈ ਜਿੱਥੋਂ ਦੇ ਪਿੰਡ ਦੂਦੀ ਮਾਜ਼ਰਾ ਦੇ ਸਤਵੰਦ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ ਉਸਨੇ ਦੱਸਿਆ ਹੈ ਕਿ ਇੱਕ ਕੁੜੀ ਨੇ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਆਸਟ੍ਰੇਲੀਆ ਨਾਲ ਜਾ ਕੇ ਉਸ ਦਾ ਠੱਗੀ ਮਾਰੀ ਹੈ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਨਪ੍ਰੀਤ ਕੌਰ ਪਤਨੀ ਸਤਵੰਦ ਸਿੰਘ ਵਾਸੀ ਦੂਦੀ ਮਾਜ਼ਰਾ ਹਾਲ ਆਸਟ੍ਰੇਲੀਆ ਉਸ ਨਾਲ ਵਿਆਹ ਜਿਹहां ਨਾਲ ਵਿਆਹ ਹੋਇਆ ਵਿਆਹ ਦਾ ਸਾਰਾ ਖਰਚਾ ਆਇਲੈਂਡਸ ਤੇ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਸਤਵੰਦ ਸਿੰਘ ਤੇ ਉਸਦੇ ਪਰਿਵਾਰ ਵੱਲੋਂ ਕੀਤਾ ਗਿਆ ਜਦੋਂ ਇੱਕ ਕੁੜੀ ਵਿਦੇਸ਼ ਚਲੀ ਗਈ ਦਾ ਮਨਪ੍ਰੀਤ ਕੌਰ ਦੇ ਮੁੰਡੇ ਨੂੰ ਵਿਦੇਸ਼ ਨਾ ਬੁਲਾ ਕੇ ਮੁਦਈ ਥਿਰ ਨਾਲ 30 ਲੱਖ ਦੀ ਠੱਗੀ ਮਾਰੀ ਏ ਨਹੀਂ ਨਹੀਂ ਸਗ ਕੁੜੀ ਜਾਣੀ ਮਨਪ੍ਰੀਤ ਕੋਰ ਦੇ ਪਰਿਵਾਰ ਵਾਲਿਆਂ ਵੱਲੋਂ ਹੁਣ ਲੜਕਾ ਪਰਿਵਾਰ ਨੂੰ ਧੰਗੀਆਂ ਦਿੱਤੀਆਂ ਜਾ ਰਹੀਆਂ ਨੇ ਉਧਰ ਪੁਲਿਸ ਨੇ ਮਨਪ੍ਰੀਤ ਕੋਰ ਪਤਨੀ ਸਤਵੰਤ ਸਿੰਘ ਵਾਸੀ ਦੂਨ ਦੀ ਮਾਜਰਾ ਹਾਲ ਆਸਟ੍ਰੇਲੀਆ ਕੇਵਲ ਸਿੰਘ ਪੁੱਤਰ ਜੀਤ ਸਿੰਘ ਲਖਵਿੰਦਰ ਕੋਰ ਪਤਨੀ ਕੇਵਲ ਸਿੰਘ ਪੰਜਾਬ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਆਣ ਗਗਰੋਲੀ ਤਹਿਸੀਲ ਜ਼ਿਲ੍ਹਾ ਪਟਿਆਲਾ ਵਿਰੁੱਧ ਕੇਸ ਦੇ ਵਿੱਚ ਕਰਕੇ ਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ ਪੁਲਿਸ ਵੱਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਬਾਕੀ ਖਬਰਾਂ ਅੰਦਰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ